ਬਾਲੀਵੁੱਡ ਐਕਟਰ ਯੁਵਰਾਜ ਹੰਸ ਦਾ ਵਿਆਹ ਅੱਜ ਕੱਲ ਇੰਡਸਟਰੀ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਅਤੇ ਵਿਆਹ ਦੇ ਚਰਚੇ ਕਾਫੀ ਲੰਮੇ ਸਮੇਂ ਤੋਂ ਛਿੜੇ ਹੋਏ ਨੇ। ਦੱਸ ਦਈਏ ਕਿ ਯੁਵਰਾਜ ਹੰਸ ਦੀ ਮਾਨਸੀ ਸ਼ਰਮਾ ਦੇ ਨਾਲ ਮੰਗਣੀ ਪਿਛਲੇ ਸਾਲ ਹੋਈ ਸੀ, ਜੋ ਕਿ ਲੰਮੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਨੇ ਅਤੇ ਹੁਣ ਉਹਨਾਂ ਦਾ ਵਿਆਹ ਹੈ ਅਤੇ ਵਿਆਹ ਦੀਆਂ ਰੌਣਕਾਂ ਜ਼ੋਰਾਂ ਸ਼ੋਰਾਂ 'ਤੇ ਨੇ। ਪਿਛਲੇ ਕਈ ਦਿਨਾਂ ਤੋਂ ਯੁਵਰਾਜ ਅਤੇ ਮਾਨਸੀ ਦੇ ਵਿਆਹ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਦਿਖਾਈ ਦੇ ਰਹੀਆਂ ਨੇ। ਯੁਵਰਾਜ ਦੇ ਭਰਾ ਨਵਰਾਜ ਹੰਸ ਨੇ ਯੁਵਰਾਜ ਦੀ ਬਟਨੀ ਦੀ ਰਸਮ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਸੀ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਯੁਵਰਾਜ ਹੰਸ ਨੇ ਵੈਲੈਂਟਾਈਨ ਡੇ 'ਤੇ ਮਾਨਸੀ ਨਾਲ ਆਪਣੀ ਵੀਡੀਓ ਪੋਸਟ ਕੀਤੀ ਸੀ, ਜਿਸ 'ਚ ਮਾਨਸੀ ਬਹੁਤ ਹੀ ਖੂਬਸੂਰਤ ਲਿਬਾਸ 'ਚ ਨਜ਼ਰ ਆ ਰਹੀ ਸੀ। ਅਤੇ ਹੁਣ ਨਵਰਾਜ ਨੇ ਆਪਣੇ ਇੰਸਟਾਗ੍ਰਾਮ 'ਤੇ ਪਾਰਟੀ 'ਚ ਮਸਤੀ ਦੀਆਂ ਵੀਡੀਓਜ਼ ਵੀ ਪਾਈਆਂ ਨੇ, ਜਿਨ੍ਹਾਂ 'ਚ ਤੁਸੀਂ ਨਵਰਾਜ ਅਤੇ ਯੁਵਰਾਜ ਨੂੰ ਮਸਤੀ ਕਰਦੇ ਦੇਖ ਸਕਦੇ ਹੋ। ਬਈ, ਵਿਆਹ ਦਾ ਮਾਹੌਲ ਹੈ, ਖਾਣ ਪੀਣ ਦੇ ਨਾਲ ਨਾਲ ਇੰਜੋਇਮੈਂਟ ਨਾ ਹੋਵੇ ਇਹ ਤਾਂ ਹੋ ਨਹੀਂ ਸਕਦਾ। ਫਿਰ ਅਸੀਂ ਤੁਹਾਨੂੰ ਇਹ ਮਸਤੀ ਨਾ ਦਿਖਾਈਏ ਇਹ ਵੀ ਨਹੀਂ ਹੋ ਸਕਦਾ। ਅਤੇ ਤੁਸੀਂ ਦੇਖੋ ਇਹ ਵੀਡੀਓ। ਸੋ ਇਹ ਸੀ ਯੁਵਰਾਜ ਹੰਸ ਦੇ ਵਿਆਹ ਨੂੰ ਲੈ ਕੇ ਸਾਡੀ ਅਪਡੇਟ। ਦੇਸ਼ ਅਤੇ ਦੁਨੀਆ ਦੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ।